ਕੋਟਕਪੁਰਾ ਗੋਲੀਕਾਂਡ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਨਾਮਜ਼ਦ 5 ਪੁਲਿਸ ਅਧਿਕਾਰੀਆਂ ਵਿੱਚੋਂ 4 ਪੁਲਿਸ ਅਧਿਕਾਰੀ ਅਤੇ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਦੀ ਫਰੀਦਕੋਟ ਅਦਾਲਤ ਵਿੱਚ ਅੱਜ ਪੇਸ਼ੀ ਹੋਈ, ਜਿਸ ਵਿੱਚ ਬਲਜੀਤ ਸਿੰਘ ਸਿੱਧੂ, ਮਨਤਾਰ ਬਰਾੜ ਅਤੇ ਪਰਮਜੀਤ ਸਿੰਘ ਪੰਨੂ, IG ਉਮਰਾ ਨੰਗਲ, ਕੋਟਕਪੁਰਾ ਦੇ ਤਤਕਾਲੀ SHO ਗੁਰਦੀਪ ਸਿੰਘ ਪੰਧੇੜਾ ਹਾਜ਼ਰ ਹੋਏ ਅਤੇ ਸਾਬਕਾ SSP ਚਰਨਜੀਤ ਸਿੰਘ ਸ਼ਰਮਾ ਨੂੰ ਛੱਡ ਬਾਕੀ ਸਾਰੇ ਨਾਮਜ਼ਦ ਹੋਏ। ਮਾਨਯੋਗ ਅਦਾਲਤ ਵਿੱਚ ਪੇਸ਼ ਹੋਏ ਅਤੇ ਅੱਜ ਕੇਸ ਦੀਆਂ ਜ਼ਿਮਣੀਆਂ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਨੂੰ ਲੈ ਕੇ ਕਰੀਬ 2 ਘੰਟੇ ਬਹਿਸ ਹੋਈ ਅਤੇ ਅਦਾਲਤ ਵੱਲੋਂ ਅਗਲੀ ਤਾਰੀਖ ਪੇਸ਼ੀ 1 ਅਗਸਤ ਨਿਰਧਾਰਿਤ ਕੀਤੀ ਗਈ। ਕੋਟਕਪੁਰਾ ਗੋਲੀਕਾਂਡ ਵਿੱਚ ਇਸ ਵਾਰ ਦੀ ਪੇਸ਼ੀ ਦੌਰਾਨ ਨਵਾਂ ਮੋੜ ਆਇਆ ਜਦੋਂ ਸਰਕਾਰੀ ਵਕੀਲ ਨੇ ਫਰੀਦਕੋਟ ਅਦਾਲਤ ਵਿੱਚ ਅਰਜ਼ੀ ਦਾਖਲ ਕੀਤੀ, ਜਿਸ ਵਿੱਚ ਉਹਨਾਂ ਕਿਹਾ ਕਿ ਕੋਟਕਪੁਰਾ ਤੇ ਤਤਕਾਲੀ SHO ਗੁਰਦੀਪ ਸਿੰਘ ਪੰਧੇੜਾ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਾਈ ਪਟੀਸ਼ਨ ਵਿੱਚ ਦਾਖਲ ਕੀਤੇ ਦਸਤਾਵੇਜ਼ ਤੇ ਸਵਾਲ ਉਠਾਏ ਅਤੇ ਕਿਹਾ ਕਿ ਪੰਧੇੜ ਨੂੰ ਕਿੱਥੋਂ ਮਿਲੇ ਇਹ ਦਸਤਾਵੇਜ਼। ਤਰੀਕ ਪਈ ਹੈ, 1-8 ਬਹਿਸ ਜਾਰੀ ਹੈ। ਅਸੀਂ ਅਰਜ਼ੀ ਦਿੱਤੀ ਹੈ ਕਿ ਇਹ ਆਪਣੀਆਂ ਜ਼ਿਮਨੀਆਂ ਜਿਹੜੀਆਂ SSP ਦੇ ਭੇਜੀਆਂ ਅਤੇ ਕੋਰਟ ਨੂੰ ਇਹਨਾਂ ਨੇ ਲਾਉਣੀਆਂ ਚਾਹੀਦੀਆਂ, ਚਲਾਨ ਨਾਲ ਉਹ ਲਵਾਈਆਂ ਜਾਣ, ਫਿਰ ਅਗਲੀ ਗੱਲ ਸੁਣੀ ਜਾਵੇ। ਉਹਦੀ ਬਹਿਸ ਚੱਲਦੀ ਪਈ ਹੈ। ਇਹ ਕਹਿੰਦੇ ਸਰਕਾਰੀ ਵਕੀਲ ਇਹ ਕਹਿੰਦੇ ਹੈ ਕਿ ਨਾ ਅਸੀਂ ਲਾਉਣ ਦੇ ਪਾਬੰਦ ਹੈ ਨਾ ਲਾਈਏ, ਅਤੇ ਮੁਲਜ਼ਮ ਦਾ ਨਹੀਂ ਹੱਕ, ਮੁਲਜ਼ਮ ਅਦਾਲਤ ਨੂੰ ਕਿਉਂ ਕਹਿ ਰਿਹਾ, ਆ ਇੰਨੀ ਗੱਲ ਹੈ। ਉਹ ਨਾਲ ਆਏ ਸੀਗੇ, ਬੋਲੇ ਤਾਂ ਇੱਥੋਂ ਵਾਲੇ DA ਸਾਹਿਬ, ਮਤਲਬ ਬਹਿਸ ਇੱਥੋਂ ਵਾਲੇ DA ਸਾਹਿਬ ਨੇ ਕੀਤੀ। ਐਪਲੀਕੇਸ਼ਨ ਉਹਨੇ ਲਾਈ ਹੈ ਕਿ ਇੱਕ ਰਿੱਟ ਗੁਰਦੀਪ ਸਿੰਘ ਪੰਧੇਰ ਨੇ ਜਿਹੜੀ ਹਾਈਕੋਰਟ 'ਚ ਕੀਤੀ ਹੈ, ਉਹਦੇ ਨਾਲ ਜਿਹੜੇ ਕਾਗਜ਼ ਲਿੱਤੇ ਆ ਉਹਦੇ ਕੋਲ ਕਿੱਥੋਂ ਆਏ। ਚਰਨਜੀਤ ਸ਼ਰਮਾ ਬਿਮਾਰੀ ਦੀ ਵਜ੍ਹਾ ਕਰਕੇ ਉਹਦੀ ਐਗਜ਼ੰਪਸ਼ਨ ਦੀ ਅਰਜ਼ੀ ਦਿੱਤੀ ਸੀ। ਅਗਲੀ ਤਰੀਕ ਰੱਖੀ ਗਈ ਹੈ। 1-8 ਫਰੀਦਕੋਟ ਤੋਂ ਜਗਤਾਰ ਦੋਸਾਂ, ਜੀਵੇ ਪੰਜਾਬ TV।